ਗੁਰ ਪ੍ਰਸਾਦੀ ਜਿੰਨ ਕੋ ਭਉ ਪਿਆ ਗੁਰੂ ਦੀ ਕਿਰਪਾ ਨਾਲ ਜਿੰਨਾ ਚ ਡਰ ਪੈਦਾ ਹੋ ਗਿਆ ਪਰ ਇਸ ਡਰ ਵਿੱਚ ਤੇ ਦੁਨੀਆਂ ਦੇ ਡਰ ਚ ਫਰਕ ਹੈ ਸ਼ਬਦ ਭਉ ਹੀ ਇਹ ਨਿਰਮਲ ਭਉ ਹੈ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਗਈ ਉਹਦੇ ਅੰਦਰ ਭੈ ਆ ਗਿਆ ਮੈਂ ਇੱਕ ਵਾਰ ਕਿਹਾ ਸੀ ਤਿੰਨ ਭੈ ਨੇ ਇੱਕ ਦੀਨੀ ਭੈ ਕਹੇ ਇੱਕ ਦੁਨਿਆਵੀ ਭੈ ਕਹੇ ਇੱਕ दैਵੀ ਭੈ ਕਹੇ ਫਿਰ ਸ਼ਬਦ ਸੁਣਿਓ ਇੱਕ ਹੈ ਦੁਨਿਆਵੀ ਭੈ ਆ ਬਿਜਲੀ ਦਾ ਡਰ ਬਿਮਾਰੀ ਦਾ ਡਰ ਬਿਜ਼ਨਸ ਨਾ ਚਲਾ ਜਾਏ ਇਹ ਡਰ ਇਹ ਇਹ ਦੁਨਿਆਵੀ ਨੇ ਨਾ ਪਰਿਵਾਰ ਦੇ ਜੀ ਨੇ ਨੁਕਸਾਨ ਨਾ ਹੋ ਜਾਏ ਦੂਜਾ ਦਿਨੀ ਦਿਨੀ ਭੈ ਵੀ ਜਿਵੇਂ ਅਸੀਂ ਪਾਠ ਕੀਤਾ ਵੀ ਅੱਗੇ ਸੰਗਲ ਪਾਏ ਜਾਂਦੇ ਨੇ ਅੱਗੇ ਆ ਹੋਵੇਗਾ ਇਹ ਦਿਨੀ ਭੈਖ ਹੈ ਪਰ ਦਿਨੀ ਭੈ ਦੇਵੀ ਭੈ ਨੂੰ ਜਨਮ ਦਿੰਦਾ ਹੈ ਦੇਵੀ ਭੈ ਵਾਲੇ ਨੂੰ ਡਾਂਗਾ ਫੇਰਨ ਦੀ ਲੋੜ ਨਹੀਂ ਉਹਦਾ ਭੈ ਹੀ ਅੰਦਰ ਦਸਣ ਲੱਗ ਪੈਂਦਾ ਇਹਨੂੰ ਗੁਰੂ ਸਾਹਿਬ ਨੇ ਨਿਰਮਲ ਪਹੂਕਿਆ ਹੈ ਦੂਜੀ ਲਾਵੇ ਜੀ ਇਹ ਦੂਜੀ ਅਵਸਥਾ ਹੈ ਭੈ ਵਾਲੀ ਹਰ ਦੁਜੜੀ ਲਾਮ ਸਤਗੁਰ ਪੁਰਖ ਮਿਲਾਇਆ ਬਰ ਰਾਮ ਜੀ ਉਹ ਨਿਰਭਉ ਭੈ ਮਨ ਹੋਏ ਹਉ ਮੈਂ ਮਹਿਲ ਗਵਾਇਆ ਬਰ ਰਾਮ ਜੀ ਇਸ ਤੋਕ ਨੂੰ ਥੋੜਾ ਯਰਤ ਕਰ ਲੋ ਨਿਰਭਉ ਭੈ ਮਨ ਹੋਏ ਜੇ ਸਿੱਧ ਯਰਤ ਕਰਾਂਗੇ ਅਰਥ ਹੋ ਜਾਣਗੇ ਨਿਰਭਉ ਹੋ ਗਏ ਜੀ ਭੈ ਮਨ ਹੋਏ ਅੰਦਰ ਭੈ ਆ ਗਿਆ ਤੇ ਉਪਰੀ ਨਜ਼ਰ ਨਾਲ ਕੋਈ ਕਹੇਗਾ ਭੈ ਆ ਤੇ ਨਿਰਭਉ ਕਿਉਂ ਉੱਥੇ ਕਹੇ ਨਿਰਭਉ ਭੈ ਮਨ ਹੋਏ ਇਹਦੇ ਅਨਵਾਅ ਅਰਥ ਕਰਾਂਗੇ ਭੈ ਮਨ ਹੋਏ ਨਿਰਭਉ ਜਿੱਦਨ ਤੇਰੇ ਅੰਦਰ ਰੱਬ ਦਾ ਭੈ ਆ ਗਿਆ ਨਾ ਉਹ ਦਿਨ ਦੁਨੀਆਂ ਵੱਲੋਂ ਨਿਰਭਉ ਹੋ ਜਾਏਗਾ ਤੇ ਜਿੱਥੇ ਆ ਜਾਏ ਉੱਥੇ ਮੈਲ ਸੜ ਜਾਂਦੀ ਜੇ ਨਿਰਭਉ ਭੈ ਮਨ ਹੋਏ ਜਿੱਦਨ ਪ੍ਰਭੂ ਦਾ ਭੈ ਗੁਰੂ ਦਾ ਭੈ ਆ ਆ ਉਦੋਂ ਤੂੰ ਨਿਰਭਉ ਹੋ ਗਿਆ ਖਉਮੈ ਮੈਲ ਗਵਾਇਆ ਬਲਰਾਮ ਜੀਓ ਇਸੇ ਨੂੰ ਬਾਬੇ ਫਰੀਦ ਦਾ ਇੱਕ ਸ਼ਲੋਕ ਹੈ ਫਰੀਦਾ ਰਤੀ ਰਤਨ ਨਿਕਲੇ ਜੇ ਤਿਨ ਤਨ ਚੀਰੈ ਕੋਏ ਜੋ ਤਨ ਰੱਤੇ ਰੱਬ ਸਿਉ ਤਿਤ ਤਨ ਰਤ ਨ ਹੋਏ ਜਿਹੜਾ ਰੱਬ ਨ ਰਤਿਆ ਉਹਨੂੰ ਤੁਸੀਂ ਚਾਕੂ ਮਾਰੋ ਬਲੇਡ ਮਾਰੋ ਉਹ ਚੋਂ ਖੂਨ ਨਹੀਂ ਨਿਕਲਦਾ ਤੇ ਬੜੀ ਸਤਗੁਰੂ ਨੇ ਕਿਰਪਾ ਕੀਤੀ ਜੀ ਜਿੱਥੇ ਜਿੱਥੇ ਲੋੜ ਪਈ ਸ਼ਬਦ ਦੀ ਗੰਢ ਖੋਲਣ ਦੀ ਉਥੇ ਖੋਲੀ ਗਏ ਨਾਲ ਇਹ ਸਾਨੂੰ ਸਮਝਾ ਗਏ ਸਭ ਕੁਝ ਹੁਣ ਜਦੋਂ ਬਾਬਾ ਜੀ ਨੇ ਕਿਹਾ ਰਤੀ ਰਤਨ ਨਿਕਲੇ ਜੋ ਜੇਤਨ ਚੀਰੈ ਕੋਈ ਜੋਤਨ ਰਤੇ ਰੱਬ ਸਿਉ ਤਿਤ ਤਨ ਰਤ ਨਾ ਹੋਏ ਜਿਹੜੇ ਰੱਬ ਚ ਰੱਤੇ ਉਹਨਾਂ ਦੀ ਬਾਡੀ ਚ ਖੂਨ ਨਹੀਂ ਹੁੰਦਾ ਲਹੂ ਨਹੀਂ ਮੈਂ ਇੱਕ ਬੇਨਤੀ ਕਰਾਂ ਅੱਜ ਸਭ ਤੋਂ ਪਹਿਲਾਂ ਅਸੀਂ ਨਵੀਂ ਖੋਜ ਲਿਆਉਣੀ ਚਾਹੀਦੀ ਵੇਖੋ ਵੇਖੋ ਜੀ ਗੂ ਸਾਇੰਸ ਨਹੀਂ ਮੰਨਦੀ ਖੂਨ ਤੋਂ ਇਹ ਤਾਂ ਸ਼ਬਦ ਕਿਸੇ ਪਿੱਛੋ ਪਾ ਦਿੰਦਾ ਹੁਣੇ ਅੱਗੇ ਮਾਰੇ ਨੇ ਕਿਹਾ ਮਹੱਲਾ ਪਹਿਲਾ ਇਹ ਵੈਗਰੂ ਮਹੱਲਾ ਤੀਜਾ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋਸ਼ ਹੈ ਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ ਅਗਲੀ ਗੱਲ ਸੁਣੀਓ ਭੈ ਅਗਲੀ ਤੋਕ ਹੈ ਭੈ ਭੈ ਤਨ ਖੀਨ ਹੋਏ ਜਿੰਨਾ ਅੰਦਰ ਪਰਮਾਤਮਾ ਦਾ ਭੈ ਪੈਦਾ ਹੋ ਜਾਏ ਸੱਚੀ ਮੁੱਚੀ ਉਹਨਾਂ ਉੱਤੇ ਕਦੀ ਪੀਲਾਪਣ ਆ ਜਾਂਦਾ ਕਦੀ ਕਮਜ਼ੋਰੀ ਆ ਜਾਂਦੀ ਰੱਬ ਦੇ ਭੈ ਚ ਰਹਿੰਦੇ ਨੇ ਭੈ ਪਿਆ ਤਨ ਖੀਨ ਕੋਏ ਲੋਭ ਰਤ ਵਿੱਚੋਂ ਜਾਏ ਮਹਾਰਾਜ ਕਹਿੰਦੇ ਜਿਉਂ ਬੈ ਸੰਤਰ ਧਾਤ ਸ਼ੁੱਧ ਹੋਏ ਜਿਉਂ ਖਰਕਾ ਭਉ ਦੁਰਮਤ ਮੈਲ ਗਵਾਏ ਜਿਵੇਂ ਮੈਲੇ ਸੋਨੇ ਨੂੰ ਕੋਠਾਲੀ ਚ ਰੱਖ ਦਿਓ ਥੱਲੇ ਅੱਗ ਬਾਲੋ ਤੇ ਸੋਨੇ ਦੀ ਮੈਲ ਆਪਣੇ ਆਪ ਸੜ ਜਾਂਦੀ ਏ ਕਹਿੰਦੇ ਜਿਹੜੀ ਤੇਰੇ ਅੰਦਰ ਮੈਲ ਕਈ ਜਨਮਾਂ ਦੀ ਜੰਮੀ ਪਈ ਏ ਸਿਰਫ ਤੂੰ ਰੱਬ ਤੋਂ ਡਰਨਾ ਸ਼ੁਰੂ ਕਰਦੇ ਮੈਲ ਆਪਣੇ ਆਪ ਹੀ ਸੜ ਜਾਏਗੀ ਇਸ ਤੋਕ ਨੂੰ ਫਿਰ ਸੁਣੋ ਜਿਉਂ ਬੈਸੰਤਰ ਧਾਤ ਸ਼ੁੱਧ ਹੋਏ ਜਿਵੇਂ ਅੱਗ ਦੇ ਸੇਕ ਨਾਲ ਸੋਨੇ ਦੀ ਧਾਤੂ ਮੈਲ ਸੜ ਕੇ ਸ਼ੁੱਧ ਹੋ ਜਾਂਦੀ ਏ ਜਿਨ੍ਹਾਂ ਅੰਦਰ ਰੱਬ ਦਾ ਭੈ ਹੁੰਦਾ ਹੈ ਗੁਰਮਖੋ ਸੱਚੀ ਮੁੱਚੀ ਭੈ ਅੰਦਰ ਦੀ ਮੈਲ ਨੂੰ ਸਾੜ ਦਿੰਦਾ ਹੈ